ਗੁੱਡ ਮਾਰਨਿੰਗ ਸਟੂਡੈਂਟ ਅੱਜ ਅਸੀਂ ਕਰਾਂਗੇ ਕੇਂਦਰੀ ਬੈਂਕ ਅਤੇ ਸਾਖ ਨਿਰਯੰਤਰ ਦੀਆਂ ਵਿਧੀਆਂ ਜਿਹੜਾ ਕਿ ਅਸੀਂ ਲੈਸਨ ਸਟਾਰਟ ਕੀਤਾ ਸੀ 6 ਬੈਂਕਿੰਗ ਸੈਂਟਰਲ ਬੈਂਕ ਤੇ ਕਮਰਸ਼ੀਅਲ ਬੈਂਕ ਉਹਦੇ ਵਿੱਚ ਅਸੀਂ ਸੈਂਟਰਲ ਬੈਂਕ ਦੇ ਡਿਟੇਲ ਪੜ ਲਈ ਹੀ ਹੁਣ ਉਹਦੀਆਂ ਜਿਹੜੀਆਂ ਵਿਧੀਆਂ ਹੈ ਨਿਯੰਤਰ ਵਿਧੀਆਂ ਕਿਹੜੀ ਕਿਹੜੀ ਵਿਧੀਆਂ ਤੇ ਨਿਯੰਤਰ ਕਰਦਾ ਉਹਦੇ ਬਾਰੇ ਹੀ ਗੱਲ ਕਰਾਂਗੇ ਤੇ ਸਭ ਤੋਂ ਪਹਿਲਾਂ ਬੇਟਾ ਹੈਗਾ ਕੇਂਦਰੀ ਬੈਂਕ ਦਾ ਮੁੱਖ ਕੰਮ ਅਰਧ ਵਿਵਸਥਾ ਵਿੱਚ ਉਧਾਰ ਉਪਰ ਨਿਯੰਤਰਣ ਕਰਨਾ ਹੈ ਜਿਹੜੀ ਆਪਣੇ ਦੇਸ਼ ਦੀ ਇਕਨੋਮੀ ਹੈ ਉਹਦੇ ਵਿੱਚ ਉਧਾਰ ਉਪਰ ਨਿਯੰਤਰਣ ਕਰਨਾ ਹੈ ਮਤਲਬ ਇਹ ਪੂਰਾ ਉਹਦੇ ਤੇ ਕੰਟਰੋਲ ਕਰਦਾ ਹੈ ਕਿ ਕਿਤੇ ਆਪਣਾ ਜਿਹੜੀ ਇਕਨੋਮੀ ਹੈ ਘਾਟੇ 'ਚ ਨਾ ਪੈ ਜਾਵੇ ਠੀਕ ਹੈ ਤੇ ਸ਼ਾਖ ਨਿਯੰਤਰ ਦੀ ਨੀਤੀ ਨੂੰ ਕੇਂਦਰੀ ਬੈਂਕ ਦੀ ਮੁਦਰਾਤ ਨੀਤੀ ਵੀ ਮੁੰਦਰੀਕ ਨੀਤੀ ਵੀ ਕਿਹਾ ਜਾਂਦਾ ਹੈ ਜਿਹੜੀ ਸ਼ਾਖ ਨਿਯੰਤਰ ਵਿਧੀ ਹੈ ਨਾ ਨੀਤੀ ਹੈ ਨਾ ਉਹਨੂੰ ਕੀ ਕਹਿੰਦੇ ਨੇ ਮੁੰਦ ਮੁਦਰੀਕ ਨੀਤੀ ਵੀ ਕਿਹਾ ਜਾਂਦਾ ਹੈ ਇਸ ਨੀਤੀ ਦੁਆਰਾ ਕੇਂਦਰੀ ਬੈਂਕ ਦੇਸ਼ ਵਿੱਚ ਜਿੰਨੀਆਂ ਵੀ ਸ਼ਾਖਾ ਹਨ ਉਹਨਾਂ ਦੀ ਮਾਤਰਾ ਘਟਾ ਵਧਾ ਸਕਦਾ ਹੈ ਇਹਨਾਂ ਉਪਾਵਾਂ ਨੂੰ ਸਾਖ ਨਿਯੰਤਰਣ ਦੀਆਂ ਵਿਧੀਆਂ ਵੀ ਕਿਹਾ ਜਾਂਦਾ ਹੈ ਮੁੰਦਰੀਤ ਨੀਤੀ ਦੇ ਉਪਾਅ ਉਪਾਵਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਜਿਸਾ ਕਿ ਸਾਖ ਨਿਰਮਾਣ ਤੇ ਜਿਹੜਾ ਮੰਤਰਾਤਮਕ ਉਪਾਏ ਤੇ ਅੱਗੇ ਅਗੇ ਸਾਖ ਨਿਰਮਾਨ ਤੇ ਗੁਨਾਤਮਕ ਉਪਾਏ ਇਹ ਜਿਹੜੀਆਂ ਵਿਧੀਆਂ ਦੋ ਤਰੀਕਿਆਂ ਨਾਲ ਕੰਟਰੋਲ ਕਰਦਾ ਹੈ ਵਾ ਦੇਸ਼ ਦੀ ਅਰਥ ਵਿਵਸਥਾ ਨੂੰ ਦੇਸ਼ ਦੀ ਇਕਨੋਮੀ ਨੂੰ ਤੇ ਕਿਹੜੀਆਂ-ਕਿਹੜੀਆਂ ਵਿਧੀਆਂ ਉਹਦੇ ਡਿਟੇਲ ਪੜਾਂਗੇ ਤੇ ਸਭ ਤੋਂ ਪਹਿਲਾਂ ਹੈਗਾ ਸਾਖ ਨਿਰੰਤਰ ਦੀਆਂ ਵਿਧੀਆਂ ਇਹ ਹੈਗਾ ਮਾਤਰਾਤਮਕ ਵਿਧੀਆਂ ਤੇ ਗੁਨਾਤਮਕ ਵਿਧੀਆਂ ਤੇ ਜਿਹੜੀ ਮਾਤਰਾਤ ਵਿਧੀਆਂ ਬੇਟਾ ਡਰਾਫਟ ਜ਼ਰੂਰ ਤੁਸੀਂ ਬਣਾਣਾ ਹੈ ਇਹਦੇ ਨਾਲ ਵੀ ਕਾਫੀ ਇਫੈਕਟ ਪੈਂਦਾ ਜਦੋਂ ਟੀਚਰ ਚੈੱਕ ਕਰਦੀ ਹੈ ਕਾਫੀ ਇਫੈਕਟ ਪੈਂਦਾ ਕਿ ਬੱਚੇ ਨੂੰ ਪੂਰੀ ਨੋਲੇਜ ਹੈ ਠੀਕ ਹੈ ਤੇ ਸਾਡੇ ਮਾਤਰਾਤਮਕ ਜਿਹੜੀ ਹੈ ਉਹਦੇ ਵਿੱਚ ਆਏਗਾ ਪਹਿਲਾ ਬੈਂਕ ਦਰ ਤੇ ਖੁੱਲੇ ਬਾਜ਼ਾਰ ਦੀਆਂ ਕਿਰਿਆਵਾਂ ਫਿਰ ਨਿਊ ਤੇ ਮਰਕ ਰਾਖਮਾ ਅਨੁਪਾਤ ਤੇ ਤਰਲਤਾ ਅਨੁਪਾਤ ਤੇ ਜਿਹੜਾ ਗੁਨਾਤਮਕ ਵਿਧੀਆਂ ਵੈ ਉਹਦੇ ਵਿੱਚ ਆਏਗਾ ਅੰਤਰ ਜ਼ਰੂਰਤਾਂ ਵਿੱਚ ਪਰਿਵਰਤਨ ਤੇ ਸਾਖ ਦੀ ਨਿਰਾਸ਼ਨਬੰਦੀ ਤੇ ਉਪਭੋਗਤਾ ਸਾਖ ਤੇ ਨਿਯੰਤਰਣ ਪਰਤੱਖ ਕਾਰਵਾਈ ਨੈਤਿਕ ਪ੍ਰਭਾਵ ਅਤੇ ਪ੍ਰਚਾਰ ਤੇ ਹੁਣ ਬੇਟਾ ਅਸੀਂ ਇਹਨਾਂ ਸਾਰਿਆਂ ਪੁਆਇੰਟਾਂ ਨੂੰ ਜਿਹੜਾ ਹੈ ਪਨ ਬਾਈ 1 ਪੜਾਂਗੇ ਕਿ ਆ ਕੀ ਚੀਜ਼ ਹੈ ਬੈਂਕ ਦਰ ਕੀ ਹੈ ਠੀਕ ਹੈ ਪਹਿਲਾ ਪੁਆਇੰਟ ਹੈ ਗਿਆ ਸਾਖ ਨਿਰੰਤਰ ਦੀਆਂ ਮਾਤਰਾਤਮਕ ਵਿਧੀਆਂ ਤੇ ਇਹਦੇ ਵਿੱਚ ਕਿਹੜੇ ਕਿਹੜੇ ਪੁਆਇੰਟ ਆਉਂਦੇ ਨੇ ਬੈਂਕ ਦਰ ਸਭ ਤੋਂ ਪਹਿਲਾਂ ਬੈਂਕ ਦਰ ਪੜ੍ਹਾਂਗੇ ਬੇਟਾ ਬੈਂਕ ਦਰ ਉਹ ਦਰ ਹੁੰਦੀ ਹੈ ਜਿਸ ਉੱਪਰ ਰਿਜ਼ਰਵ ਬੈਂਕ ਜਿਹੜਾ ਬਿਨਾਂ ਕਿਸੇ ਜ਼ਮਾਨਤ ਤੇ ਵਪਾਰਕ ਬੈਂਕਾਂ ਨੂੰ ਉਧਾਰ ਦਿੰਦਾ ਹੈ ਮਤਲਬ ਜਦੋਂ ਉਧਾਰ ਦਿੰਦਾ ਤਾਂ ਕੋਈ ਆਪਣੇ ਕੋਲ ਸਿਕਿਉਰਿਟੀ ਨਹੀਂ ਰੱਖਦਾ ਠੀਕ ਹੈ ਇਸ ਦੁਆਰਾ ਵਪਾਰਕ ਬੈਂਕਾਂ ਦੀ ਤੁਰੰਤ ਨਗਦ ਜ਼ਰੂਰਤ ਪੂਰੀਆਂ ਕੀਤੀਆਂ ਜਾਂਦੀਆਂ ਹਨ ਤੇ ਜਦੋਂ ਉਹ ਲੋਨ ਦੇ ਦਿੰਦਾ ਸੌਰੀ ਉਧਾਰ ਦੇ ਦਿੰਦਾ ਤੇ ਇਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੇ ਵਪਾਰਕ ਬੈਂਕ ਹੈ ਉਹਨਾਂ ਨੂੰ ਕਗਰ ਪੈਸੇ ਦੀ ਜ਼ਰੂਰਤ ਹੈ ਜਾਂ ਕੋਈ ਵੀ ਪ੍ਰੋਬਲਮ ਹੈ ਨਾ ਤਾਂ ਉਹਦਾ ਜਿਹੜੀ ਹੈ ਕਮੀਆਂ ਜਿਹੜੀਆਂ ਜ਼ਰੂਰਤਾਂ ਜਿਹੜੀਆਂ ਪੂਰੀਆਂ ਹੋ ਜਾਂਦੀਆਂ ਹਨ ਇਸ ਦੇ ਲਈ ਰਿਜ਼ਰਵ ਬੈਂਕ ਦੁਆਰਾ ਉਧਾਰ ਦਿੱਤਾ ਜਾਂਦਾ ਹੈ ਇਸ ਲਈ ਰਿਜ਼ਰਵ ਬੈਂਕ ਦੁਆਰਾ ਉਧਾਰ ਦਿੱਤਾ ਜਾਂਦਾ ਹੈ ਕਿਹੜੀਆਂ ਚੀਜ਼ਾਂ ਇਹ ਰਿਜ਼ਰਵ ਬੈਂਕ ਨੂੰ ਉਧਾਰ ਦਿੱਤੀਆਂ ਜਾਂਦੀਆਂ ਹਨ ਤੇ ਬੈਂਕਦਾਰ ਨੂੰ ਛੋਟਦਾਰ ਵੀ ਕਿਹਾ ਜਾਂਦਾ ਹੈ ਇਸ ਜਿਹੜੀ ਬੈਂਕਦਾਰ ਨੂੰ ਨਾ ਛੋਟਦਾਰ ਵੀ ਕਿਹਾ ਜਾਂਦਾ ਕਿ ਛੂਟ دیتی ਹੈ ਛੂਟ دیتی ਹੈ ਠੀਕ ਹੈ ਇਸ ਤੋਂ ਬਾਅਦ ਤੁਹਾਡੀ ਹੈਗਾ ਹੈ ਸੈਕੰਡ ਪੁਆਇੰਟ ਖੁੱਲੀ ਮੰਡੀ ਪ੍ਰਤੀਕਿਰਿਆ ਇਹਦੇ ਵਿੱਚ ਹੈਗਾ ਖੁੱਲੀ ਮੰਡੀ ਪ੍ਰਤੀਕਿਰਿਆ ਤੋਂ ਭਾਵ ਹੈ ਕਿ ਕੇਂਦਰੀ ਬੈਂਕ ਵੱਲੋਂ ਕਿਹਦੇ ਵੱਲੋਂ ਸੈਂਟਰਲ ਬੈਂਕ ਵੱਲੋਂ ਮੰਦਰਾ ਮੰਡੀ ਵਿੱਚ ਅਲਪ ਕਾਲੀ ਔਰ ਧੀ ਕਾਲੀ ਮਤਲਬ थोड़े समय वास्ते तो लम्बे समय वास्ते प्रति भूतियां दरीदी तो विकरी तो है प्रतिभूतियाँ खरीदते भी विकरी तो भी है खरीदना विकरी तो ठीक है भी ਪ੍ਰਤੀਭੂਤੀਆਂ ਵੇਚਣ ਕਾਰਨ ਉਹ ਜਨਤਾ ਦੇ ਹੱਥਾਂ ਵਿੱਚ ਆ ਜਾਂਦੀਆਂ ਹਨ ਜਦੋਂ ਉਹ ਪ੍ਰਤੀਭੂਤੀਆਂ ਵੇਚਦੇ ਨੇ ਤੇ ਉਹ ਕਿਹਨਾਂ ਦੇ ਹੱਥਾਂ ਵਿੱਚ ਆ ਜਾਂਦੀਆਂ ਨੇ ਜਨਤਾ ਦੇ ਤੇ ਨਗਦੀ ਕੇਂਦਰੀ ਬੈਂਕ ਕੋਲ ਚਲ ਜਾਂਦੀ ਹੈ ਤੇ ਉਹਨਾਂ ਜਨਤਾ ਤੋਂ ਕੋਲ ਜਿਹੜਾ ਪੈਸਾ ਹੁੰਦਾ ਉਹ ਕਿਦੇ ਕੋਲ ਚਲ ਜਾਂਦਾ ਕੇਂਦਰੀ ਬੈਂਕ ਕੋਲ ਜਦੋਂ ਇਹ ਪ੍ਰਤੀਭੂਤੀਆਂ ਖਰੀਦਣ ਲਈ ਜਨਤਾ ਵਪਾਰਕ ਬੈਂਕਾਂ ਵਿੱਚੋਂ ਮੁੰਦਰਾ ਕਬੜਵਾਉਂਦੀ ਹੈ ਤਾਂ ਉਸ ਸਮੇਂ ਬੈਂਕਾਂ ਦੀ ਉਧਾਰ ਸਿਰਜਣਾ ਘਟ ਜਾਂਦੀ ਹੈ ਜਦੋਂ ਪੈਸਾ ਕਢਾਂਦੀ ਹੈ ਤੇ ਜਿਹੜਾ ਉਧਾਰ ਜਿਹੜਿਆ ਉਹ ਘਟ ਜਾਂਦਾ ਹੈ ਠੀਕ ਹੈ ਅੱਗੇ ਹੈਗਾ ਰਾਖਵਾ ਰੋਕੜ ਅਨੁਪਾਤ ਨੈਕਸਟ ਪੁਆਇੰਟ ਹੈ ਰਾਖਵਾ ਰੋਕੜ ਅਨੁਪਾਤ ਇਹ ਕੀ ਚੀਜ਼ ਹੈ پڑھਦੇ ਹਾਂ ਰੱਖਵੇਂ ਰੋਕਰ ਅਨੁਪਾਤ ਤੋਂ ਭਾਵ ਉਸ ਪ੍ਰਤੀਸ਼ਤ ਰਾਸ਼ੀ ਤੋਂ ਹੈ ਜਿਹੜੀ ਵਪਾਰਕ ਬੈਂਕਾਂ ਨੂੰ ਆਪਣੀਆਂ ਕੁੱਲ ਜਮਾ ਰਾਸ਼ੀਆਂ ਦੇ ਕੁੱਲ ਭਾਗ ਵੱਜੋਂ ਕੇਂਦਰੀ ਬੈਂਕ ਵਿੱਚ ਜਮਾ ਕਰवानी ਪੈਂਦੀਆਂ ਹਨ ਬੇਟਾ ਜਿਹੜਾ ਵਪਾਰਕ ਬੈਂਕ ਹੈ ਉਹ ਕੋਈ ਨਾ ਕੋਈ ਚੀਜ਼ ਜਿਹੜੀ ਹੈ ਉਹ ਕੁੱਲ ਕੇਂਦਰੀ ਬੈਂਕ ਕੋਲ ਜਮਾ ਕਰਦਾ ਆਪਣੀਆਂ ਰਾਸ਼ੀਆਂ ਦੀ ਜਿਹੜੀ કુલ ਰਾਸ਼ੀ ਉਹ ਤਾਂ ਕੋਈ ਨਾ ਕੋਈ ਭਾਗ ਜਿਹੜਾ ਕੇਂਦਰੀ ਬੈਂਕ ਕੋ ਜਮਾ ਕਰਦਾ ਠੀਕ ਹੈ ਉਹਨੂੰ ਕਹਿੰਦੇ ਨੇ ਰਾਖਵਾਂ ਰੋਕੜ ਅਨੁਪਾਤ ਠੀਕ ਹੈ ਅੱਗੇ ਹੈ ਸਾਡਾ ਤਰਲ ਅਨੁਪਾਤ ਤਰਲ ਅਨੁਪਾਤ ਵਿੱਚ ਕੀ ਆਏਗਾ ਬੱਚੇ ਤਰਲ ਅਨੁਪਾਤ ਕੁਝ ਜਮਾ ਰਾਸ਼ੀਆਂ ਦਾ ਉਹ ਪ੍ਰਤੀਸ਼ਤ ਹਿੱਸਾ ਹੁੰਦਾ ਹੈ ਜਿਹੜਾ ਵਪਾਰਕ ਬੈਂਕਾਂ ਨੂੰ ਆਪਣੇ ਪਾਸ ਰੋਕੜ ਜਾਂ ਤਰਲ ਸੰਪਤੀ ਦੇ ਰੂਪ ਵਿੱਚ ਰੱਖਣੀ ਪੈਂਦੀ ਹੈ ਕਿਹੜਾ ਹਿੱਸਾ ਹੁੰਦਾ ਹੈ ਕਹਿੰਦਾ ਹੈ ਕਿ ਤਰਲ ਅਨੁਪਾਤ ਕੁਝ ਜਮਾ ਰਕਮਾਂ ਦਾ ਉਹ ਪ੍ਰਤੀਸ਼ਤ ਹਿੱਸਾ ਹੁੰਦਾ ਹੈ ਜਿਹੜੀ ਵਪਾਰਕ ਬੈਂਕ ਨੂੰ ਆਪਣੇ ਪਾਸ ਰੋਕੜ ਜਾਂ ਤਰਲ ਤਰਲ ਸੰਪਤੀਆਂ ਦੇ ਰੂਪ ਵਿੱਚ ਰੱਖਣੀ ਪੈਂਦੀ ਹੈ ਠੀਕ ਹੈ ਬੇਟਾ ਅੱਗੇ ਹੈਗਾ ਸਾਡਾ ਸਾਖ ਨਿਯੰਤਰਣ ਦੀਆਂ ਗੁਣਾਤਮਕ ਵਿਧੀਆਂ ਤੇ ਇਹਦੇ ਅੰਦਰ ਜਿਹੜੇ ਪੁਆਇੰਟ ਆਉਂਦੇ ਨੇ ਉਹ ਪਹਿਲਾਂ ਡਿਸਕਸ ਕਰ ਲੈਨੇ ਆਂ ਸਾਡਾ ਹੈ ਅੰਤਰ ਜ਼ਰੂਰਤਾਂ ਵਿੱਚ ਬਦਲਾਅ ਤੇ ਆਮ ਤੌਰ ਤੇ ਵਪਾਰਕ ਬੈਂਕਾਂ ਦੁਆਰਾ ਗਾਹਕ ਨੂੰ ਦਿੱਤੀਆਂ ਜਾਣ ਵਾਲੀਆਂ ਕਰਜ਼ਾ ਜ਼ਮਾਨਤ ਦੇ ਰੂਪ ਵਿੱਚ ਰੱਖੀ ਗਈ ਸੰਪਤੀ ਦੇ ਵਰਤਮਾਨ ਮੁੱਲ ਨਾਲੋਂ ਘਟ ਹੁੰਦਾ ਹੈ ਕੀ ਹੁੰਦਾ ਹੈ ਕਿ ਆਮ ਤੌਰ ਤੇ ਜਿਹੜਾ ਵਪਾਰਕ ਬੈਂਕ ਹੈ ਜਦੋਂ ਗ੍ਰਾਹਕ ਜਿਹੜਾ ਕਰਜ਼ਾ ਲੈਂਦਾ ਤੇ ਜਿਹੜੀ ਜ਼ਮਾਨਤ ਦੇ ਰੂਪ ਵਿੱਚ ਦਿੱਤੀ ਜਾਂਦੀ ਨਾ ਜਿਹੜੀ ਸੰਪਤੀ ਜ਼ਮਾਨਤ ਦੇ ਵਿੱਚ ਦਿੱਤੀ ਸਿਕਿਉਰਿਟੀ ਦਿੱਤੀ ਜਾਂਦੀ ਹੈ ਉਹਦਾ ਜਿਹੜਾ ਵਰਤਮਾਨ ਮੁੱਲ ਨਾਲ ਘਟ ਹੁੰਦਾ ਉਹਦਾ ਵਰਤਮਾਨ ਜਿਹੜਾ ਮੁੱਲ ਘਟ ਹੁੰਦਾ ਜ਼ਮਾਨਤ ਦੇ ਮੁੱਲ ਅਤੇ ਪ੍ਰਾਪਤ ਕਰਜ਼ ਦੇ ਇਸ ਅੰਤਨੋਂ ਹੀ ਕਰਜ਼ ਦੀਆਂ ਸੀਮਤ ਜ਼ਰੂਰਤਾਂ ਕਿਹਾ ਜਾਂਦਾ ਹੈ ਹੁਣ ਜ਼ਮਾਨਤ ਦਾ ਕੁੱਲ ਮੁੱਲ ਪ੍ਰਾਪਤ ਕਰਜ ਦੇ ਇਸ ਅੰਤਰ ਨੂੰ ਜਿਹੜਾ ਵਿੱਚ ਡਿਫਰੈਂਸ ਹੁੰਦਾ ਨਾ ਉਹਨੂੰ ਹੀ ਸੀਮਾਤ ਜੁਰਤਾ ਕਿਹਾ ਜਾਂਦਾ ਹੈ ਅੱਗੇ ਹੈਗਾ ਬੇਟਾ ਸਾਡਾ ਪੁਆਇੰਟ ਸਾਖ ਦੀ ਰਾਸ਼ਨ ਬੰਦੀ ਸਾਖ ਦੀ ਰਾਸ਼ਨ ਬੰਦੀ ਕੀ ਹੈ ਕੇਂਦਰੀ ਬੈਂਕ ਦੁਆਰਾ ਦਿੱਤੀ ਸਹਾਇਤਾ ਤੇ ਬੰਦਸ਼ਾਂ ਲਗਾਈ ਲਗਾਈ ਜਾਂਦੀ ਹੈ ਮਤਲਬ ਹੁਣ ਜਿਹੜੀ ਕੇਂਦਰੀ ਬੈਂਕ ਹੈ ਜਿਹੜੀ ਸਹਾਇਤਾ ਦੇ ਤੋ ਉਹਨਾਂ ਨੇ ਆਪਣੀਆਂ ਇਨਸਟਰਕਸ਼ਨਸ ਵੀ ਤਲਖਣੀਆਂ ਨਾ ਠੀਕ ਹੈ ਇਹ ਬੰਦਸ਼ਾ ਹਰ ਰਿਨ ਲੈਣ ਵਾਲੇ ਨੂੰ ਉਪਲਬਧ ਰਾਸ਼ੀ ਦੀ ਸੀਮਾ ਨਿਸ਼ਚਿਤ ਕਰਕੇ ਲਗਾਇਆ ਜਾਂਦਾ ਹੈ ਮਤਲਬ ਜਿਹੜੀ ਲਿਮਿਟੇਸ਼ਨ ਲਗਾਉਂਦੇ ਹਾਂ ਉਹ ਜਿਹੜੀ ਰਾਸ਼ੀ ਲੈਂਦਾ ਰਿਨ ਲੈਂਦਾ ਲੋਨ ਲੈਂਦਾ ਉਹਦੀਆਂ ਜਿਹੜੀਆਂ ਸੀਮਾਵਾਂ ਨਿਸ਼ਚਿਤ ਕਰਕੇ ਲਗਾਇਆ ਜਾਂਦਾ ਹੈ ਕੇਂਦਰੀ ਬੈਂਕ ਵਾਖ ਵਾਖ ਵਪਾਰਕ ਗਤੀਵਿਧੀਆਂ ਲਈ ਕੋਟਾ ਤੈਅ ਕਰ ਦਿੰਦਾ ਹੈ ਕੀ ਕਰਦਾ ਫਿਰ ਕੋਟਾ ਤੈਅ ਕਰਦਾ ਮਤਲਬ ਰਿਜ਼ਰਵ ਰੇਸ਼ਨ ਹੋ ਜਾਂਦੀ ਹੈ ਕੋਟਾ ਤੈਅ ਕਰਦਾ ਇਸ ਗੱਲ ਨੂੰ ਠੀਕ ਹੈ ਅੱਗੇ ਹੈਗਾ ਉਪਭੋਗਤਾ ਸਾਖ ਤੇ ਨਿਯੰਤਰਣ ਉਪਭੋਗਤਾ ਸਾਖ ਤੇ ਨਿਯੰਤਰਣ ਉਪਭੋਗਤਾ ਨੂੰ ਉਸ ਦੀਆਂ ਲੋੜਾਂ ਦੀ ਪੂਰਤੀ ਲਈ ਉਪਭੋਗਤਾ ਮਤਲਬ ਜਿਹੜੇ ਗ੍ਰਾਹਕ ਹੋ ਗਿਆ ਉਸ ਦੀਆਂ ਲੋੜਾਂ ਦੀ ਪੂਰਤੀ ਲਈ ਦਿੱਤੀ ਜਾਣ ਵਾਲੀ ਸਾਖ ਨੂੰ ਉਪਭੋਗਤਾ ਸਾਖ ਕਿਹਾ ਜਾਂਦਾ ਹੈ ਇਸ ਸਾਖ ਦਾ ਨਿਯੰਤਰਣ ਕਰਕੇ ਹੀ ਅਰਧ ਵਿਵਸਥਾ ਵਿੱਚ ਸਾਖ ਦੀ ਉਪਭੋਗਤਾ ਨੂੰ ਘਟਾਇਆ ਜਾਂ ਵਧਾਇਆ ਜਾ ਸਕਦਾ ਹੈ ਕੀ ਕੀਤਾ ਜਾਂਦਾ ਇਸ ਚੀਜ਼ ਨੂੰ ਘਟਾਇਆ ਜਾਂ ਵਧਾਇਆ ਜਾ ਸਕਦਾ ਹੈ ਠੀਕ ਹੈ ਅਰਧ ਵਿਵਸਥਾ ਵਿੱਚ ਇਸ ਜਿਹੜੀ ਸਾਖ ਦਾ ਨਿਯੰਤਰਣ ਕਰਕੇ ਹੀ ਅਰਧ ਵਿਵਸਥਾ ਵਿੱਚ ਸਾਖ ਦੀ ਉਪਭੋਗਤਾ ਨੂੰ ਘਟਾਇਆ ਜਾਂ ਵਧਾਇਆ ਜਾ ਸਕਦਾ ਹੈ ਠੀਕ ਹੈ ਬਕਰ ਅੱਗੇ ਹੈਗਾ ਸਾਡੇ ਬੇਟਾ ਜੀ ਸਿੱਧੀ ਕਾਰਵਾਈ ਡਾਇਰੈਕਟ ਜਿਹੜੀ ਅਸੀਂ ਕਾਰਜ ਕਰਦੇ ਹਾਂ ਠੀਕ ਹੈ ਉਹ ਹੈਗਾ ਜੇਕਰ ਉਹ ਵਪਾਰਕ ਬੈਂਕ ਜੇਕਰ ਉਹ ਵਪਾਰਕ ਬੈਂਕ ਕੇਂਦਰੀ ਬੈਂਕ ਦੀਆਂ ਨੀਤੀਆਂ ਤੇ ਦਿਸ਼ਾ ਨਿਰਦੇਸ਼ਾਂ ਨੂੰ ਨਹੀਂ ਮੰਨਦੇ ਤਾਂ ਉਹਨਾਂ ਵਿਰੁੱਧ ਸਿੱਧੀ ਕਾਰਵਾਈ ਕਰ ਸਕਦਾ ਹੈ ਕੇਂਦਰੀ ਬੈਂਕ ਜੇ ਸਾ ਕੋਈ ਦੇ ਦਿੱਤਾ ਲੋਨ ਦਿੱਤਾ ਤੇ ਜੇ ਕੋ ਕੇਂਦਰੀ ਬੈਂਕ ਦੇ ਅੰਡਰ ਨਹੀਂ ਆਉਂਦੀਆਂ ਨੀਤੀਆਂ ਨਹੀਂ ਮੰਨਦੇ ਜਾ ਉਹਨਾਂ ਨੇ ਜਿਹੜੀਆਂ ਇਨਸਟਰਕਸ਼ਨ ਦਿੱਤੀਆਂ ਉਹ ਨਹੀਂ ਮੰਨਦੇ ਤੇ ਕੀ ਕਰੇਗਾ ਕੰਟਰੀ ਵਾਂ ਕਿ ਸਿੱਧੀ ਕਾਰਵਾਈ ਕਰ ਦੇਗਾ ਠੀਕ ਹੈ ਇਸ ਕਾਰਵਾਈ ਵਿੱਚ ਬੈਂਕ ਰੇਟ ਤੋਂ ਵੱਧ ਵਿਆਜ ਹੋਰ ਉਧਾਰ ਤੋਂ ਇਨਕਾਰ ਤੇ ਵਟਾਂਦਰਾ ਬਿੱਲਾਂ ਦੀ ਕਟੋਤੀ ਤੋਂ ਇਨਕਾਰ ਕਰ ਸਕਦਾ ਹੁਣ ਦੇਖੋ ਜੀ ਉਹਨਾਂ ਬੈਂਕ ਨੇ ਦਿੱਤਾ ਲੋਨ ਠੀਕ ਹੈ ਸਾਡੇ ਵਪਾਰਕ ਬੈਂਕ ਨੇ ਨਹੀਂ ਮੰਨਿਆ ਜਦੋਂ ਉਹਨਾਂ ਦਾ ਬਿਹੇਵੀਅਰ ਹੋ ਗਿਆ ਖਰਾਬ ਤੇ ਉਹਨਾਂ ਨੇ ਕੀ ਕਰਨਾ ਕਿ ਬੈਂਕ ਦਾ ਜਿਹੜਾ ਹੈ ਜੇ ਲੋਨ ਵੀ ਦੇਗਾ ਇਨ ਫਿਊਚਰ ਤੇ ਉਹਨਾਂ ਦਾ ਰੇਟ ਵਧ ਦੇਗਾ ਵਿਆਜ ਜ਼ਿਆਦਾ ਲੱਗੇਗਾ ਤੇ ਉਧਾਰ ਜਿਹੜਾ ਦੇਣ ਤੋਂ ਨਾ ਇਨਕਾਰ ਕਰਦੇ ਤਾਂ ਹੋਰ ਵੀ ਕਈ ਚੀਜ਼ਾਂ ਤੋਂ ਜਿਹੜਾ ਹੈ ਕੇਂਦਰੀ ਬੈਂਕ ਨਾ ਕਰ ਦੇਗਾ ਕਿੰਨੂ ਕਰੇਗਾ ਵਪਾਰਕ ਬੈਂਕਾਂ ਨੂੰ ਠੀਕ ਹੈ ਬੇਟਾ ਇਸ ਤੋਂ ਬਾਅਦ ਹੱਡਾ ਆ ਜਾਂਦਾ ਹੈ ਨੈਤਿਕ ਪ੍ਰੇਰਣਾ ਠੀਕ ਹੈ ਤੇ ਬੇਟਾ ਇਹਦੇ ਵਿੱਚ ਹੈਗਾ ਨੈਤਿਕ ਪ੍ਰੇਰਣਾ ਤੋਂ ਭਾਅ ਵਪਾਰਕ ਬੈਂਕਾਂ ਨੂੰ ਸਮਝਾ ਬਿਝਾ ਕੇ ਅਤੇ ਸਲਾਹ ਦੇ ਕੇ ਕੇਂਦਰੀ ਬੈਂਕ ਦੀ ਜਿਹੜੀ ਮੁੰਦ੍ਰਿਕ ਨੀਤੀ ਨੂੰ ਲਾਗੂ ਕਰਨ ਦੀ ਪ੍ਰੇਰਣਾ ਦਿੱਤੀ ਜਾਂਦੀ ਹੈ ਹੁਣ ਵੇਖੋ ਜੀ ਉਹਨਾਂ ਨੇ ਲੋਨ ਦਿੱਤਾ ਠੀਕ ਹੈ ਅਗਰ ਉਹ ਲੋਨ ਚਕਾਂਚ ਜਾਂ ਕੋਈ ਵੀ ਚੀਜ਼ ਕਰਾਂਚ ਉਹਨਾਂ ਦੀ ਇਨਸਟਰਕਸ਼ਨ ਨਾ ਨਹੀਂ ਮੰਨਦਾ ਠੀਕ ਹੈ ਤੇ ਹੁਣ ਵੀ ਕੀ ਕਰੇਗਾ ਕੇਂਦਰੀ ਬੈਂਕ ਜਿਹੜਾ ਉਹਨਾਂ ਨੂੰ ਪਹਿਲਾਂ ਸਮਝਾਏ ਬੁਝਾਏਗਾ ਉਹਨਾਂ ਨੂੰ ਸਲਾਹ ਦੇਵੇਗਾ ਠੀਕ ਹੈ ਤੇ ਉਹਨਾਂ ਦੀ ਜਿਹੜੀ ਪ੍ਰੇਰਣਾ ਕਰੇਗਾ ਮੁਦਰਾਤ ਨੀਤੀ ਨੂੰ ਲਾਗੂ ਕਰਨ ਲਈ ਉਹਨੂੰ ਪ੍ਰੇਰਿਤ ਕਰੇਗਾ ਠੀਕ ਹੈ ਕੇਂਦਰੀ ਬੈਂਕ ਉਹ ਪਾਰਕ ਬੈਂਕਾਂ ਦਾ ਮੁਖੀ ਹੋਣ ਕਰਕੇ ਆਪਣੀਆਂ ਨੀਤੀ ਲਾਗੂ ਕਰਵਾਉਣ ਲਈ ਆਪਣਾ ਨੈਤਿਕ ਪ੍ਰਭਾਵ ਹੀ ਪੰਦਾ ਠੀਕ ਹੈ ਉਹ ਜਿਹੜੀਆਂ ਨੀਤੀਆਂ ਜਿਹੜੀਆਂ ਉਹ ਲਾਗੂ ਕਰਵਾਉਣ ਵਾਸਤੇ ਉਹ ਕੀ ਕਰੇਗਾ ਆਪਣਾ ਨੈਤਿਕ ਪ੍ਰਭਾਵ ਪਾਏਗਾ ਠੀਕ ਹੈ ਬੇਟਾ ਜੀ ਅੱਗੇ ਹੜਾ ਡਾਹ ਜਾਂਦਾ ਹੈ ਪ੍ਰਚਾਰ ਤੇ ਬੇਟਾ ਕੇਂਦਰੀ ਬੈਂਕ ਨੂੰ ਕੇਂਦਰੀ ਬੈਂਕ ਪ੍ਰਚਾਰ ਨੂੰ ਵੀ ਉਧਾਰ ਨਿਯੰਤਰਣ ਦੇ ਸਾਧਨ ਵੱਜੂ ਵਰਤਦਾ ਹੈ ਇਸ ਤਰੀਕੇ ਰਾਹੀਂ ਕੇਂਦਰੀ ਬੈਂਕ ਲੋਕਾਂ ਨੂੰ ਅਰਥਵਿਵਸਥਾ ਦੀ ਆਰਥਿਕ ਤੇ ਮੌਦਰੀ ਸਥਿਤੀ ਤੋਂ ਜਾਣੂ ਕਰਦਾ ਹੈ ਉਹ ਤਾਂ ਪ੍ਰਚਾਰ ਕਰਦਾ ਕਿ ਆਪਣੇ ਦੇਸ਼ ਦੀ ਜਿਹੜੀ ਹੈ ਅਰਥਵਿਵਸਥਾ ਕੀ ਹੈ ਉਸ ਬਾਰੇ ਸਾਰੀ ਜਾਣਕਾਰੀ ਦਿੰਦਾ ਹੈ ਤੇ ਬੇਟਾ ਇਸ ਤਰ੍ਹਾਂ ਜਿਹੜਾ ਸਾਡਾ ਇਹ ਟੌਪਿਕ ਕੰਪਲੀਟ ਹੋ ਗਿਆ ਹੈ ਨੈਕਸਟ ਵੀਡੀਓ ਵਿੱਚ ਅਸੀਂ ਕਮਰਸ਼ੀਅਲ ਬੈਂਕ ਦੀ ਗੱਲ ਕਰਾਂਗੇ ਤੇ ਬੇਟਾ ਇੱਕ ਦਿਨ ਬਾਅਦ ਮੈਂ ਤੁਹਾਡੇ ਇਹ ਵੀਡੀਓ ਪਾ ਦਾਂ ਕਰਾਂਗੇ ਤੁਸੀਂ ਕੋਈ ਗੱਲ ਦੀ ਟੈਨਸ਼ਨ ਨਹੀਂ ਲੈਣੀ ਤੁਸੀਂ ਸਿਰਫ ਆਪਣਾ ਲਰਨ ਕਰਨਾ ਹੈ ਤਾਂ ਕਿ ਪੇਪਰਾਂ ਵਿੱਚ ਤੁਹਾਨੂੰ ਕੋਈ ਮੁਸ਼ਕਲ ਨਾ ਹੋਵੇ ਠੀਕ ਹੈ